ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਮਨ ਕੀ ਬਾਤ ਦੀ ਸ਼ੁਰੂਆਤ 'ਚ ਅੱਜ ਮੈਂ ਤੁਹਾਨੂੰ ਸਭਨੇ ਤੇ ਕਰਨਾ ਹੈ ਇੱਕ ਖੁਸ਼ਖਬਰੀ ਸਾਂਝੀ ਕਰਨਾ ਚਾਹਨਾ ਹਰ ਪਾਰ ਤੀਗੀ ਇਹ ਜਾਣੀਏ ਗਰਵੋਗ ਜੇ ਦੇਵੀ ਅੰਨਪੂਰਨਾ ਦੀ ਇੱਕ ਬੜੀ ਪੁਰਾਣੀ ਪ੍ਰਤਿਮਾ ਕਨਾਡਾ ਥਾਂਵਾਂ ਵਾਪਿਸ ਭਾਰਤ ਆਵਾ ਕਰਦੀ ਹੈ ਇਹ ਪ੍ਰਤਿਮਾ ਲਗਭਗ 100 ਬਰੇ ਪਹਿਲੇ 1913 ਦੇ ਕਰੀਬ ਵਾਰਾਨਸੀ ਦੇ ਇੱਕ ਮੰਦਿਰ ਥਾਂਵਾਂ ਚੋਰੀ ਕਰੀ ਗਿਆ ਮੁਲਕ ਥਾਂਵਾਂ ਬਾਹਰ ਪੇਚ ਦਿੱਤੀ ਗਈ ਮੈਂ ਕੈਨੇਡਾ ਦੀ ਸਰਕਾਰ ਤੇ ਇਸ ਪਵਿੱਤਰ ਕੰਮ ਨੂੰ ਮੁਮਕਿਨ ਬਣਾਉਣ ਵਾਲੇ ਸਭਨੇ ਲੋਕੇ ਦਾ ਇਸ ਨੇਕ ਦਿਲੀ ਲਈ ਆਭਾਰ ਪ੍ਰਗਟ ਕਰਨਾ ਮਾਤਾ ਅਨਪੂਰਨਾ ਦਾ ਕਾਸ਼ੀ ਕੰਨਾ ਬੜਾ ਇੱਕ ਖਾਸ ਰਿਸ਼ਤਾ ਹੈ ਉਹਨਾਂ ਦੀ ਪ੍ਰਤਿਮਾ ਦਾ ਵਾਪਸ ਆਉਣਾ ਸਾਡੇ ਸਭਨੇ ਆਸਤਾ ਸੁਖਦਾ ਹੈ ਮਾਤਾ ਅਨਪੂਰਨਾ ਦੀ ਪ੍ਰਤਿਮਾ ਆਲਾ ਲੇਖਾ ਗਿਆ ਸਾਡੀ ਵਿਰਾਸਤ ਦੀ ਨੇਕਾਂ ਨਮੁੱਲੀ ਦੁਰੋਹਰਾਂ ਅੰਤਰਰਾਸ਼ਟਰੀ ਗ੍ਰੋਹ ਦਾ ਸ਼ਿਕਾਰ ਹੁੰਦੀਆਂ ਰਹਿਗੀਆਂ ਇਹ ਗ੍ਰੋਹ ਅੰਤਰਰਾਸ਼ਟਰੀ ਬਾਜ਼ਾਰ 'ਚ ਇਨੀ ਕੀ ਬੜੀ ਉੱਚੀ ਕੀਮਤਾਂ 'ਤੇ ਵੇਚ ਦੇਣਾ ਹੁਣ ਇੰਦੀ ਉੱਪਰ ਸਖਤੀ ਤੇ ਲਾਇਗਿਆ ਜਾ ਕਰਦੀ ਹੈ ਇੰਦੀ ਵਾਪਸੀ ਲਈ ਭਾਰਤ ਨੇ ਆਪਣੇ ਯਤਨ ਵੀ ਵਧਾਏ ਨੇ ਐਸੇ ਯਤਨੇ ਦੀ ਵਜ੍ਹਾ ਕਰੀ ਜੰਦੇ ਕਿਸ਼ ਬਰੇਜ ਭਾਰਤ ਕਈ ਪ੍ਰਤਿਮਾएं ਤੇ ਕਲਾਕ੍ਰਿਤੀਆਂ ਦੀ ਵਾਪਸ ਆਉਣੇ 'ਚ ਕਾਮਯਾਬ ਰਿਹਾ ਹੈ ਮਾਤਾ ਅੰਨਪੂਰਨਾ ਦੀ ਪ੍ਰਤਿਮਾ ਦੀ ਵਾਪਸੀ ਦੇ ਕੰਨੇ ਇੱਕ ਸੰਯੋਗ ਇਹ ਵੀ ਜੁੜੇਦਾ ਹੈ 21 ਰੋਜ਼ ਪਹਿਲੇ ਗਏ ਵਿਸ਼ਵ ਵਿਰਾਸਤੀ ਹਫਤਾ ਮਨਾਇਆ ਗਿਆ। ਵਿਸ਼ਵ ਵਿਰਾਸਤੀ ਹਫਤਾ ਸਭਿ ਸੰਸਕ੍ਰਿਤੀ ਪ੍ਰੇਮੀ ਲਈ ਪੁਰਾਣੇ ਸਮੇਂ 'ਚ ਵਾਪਸ ਜਾਣੇ, ਉਹਦੇ ਇਤਿਹਾਸ ਦੇ ਅਹਿਮ ਪੜਾਅਾਂ ਦੀ ਪਤਾ ਲਾਣੇ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ। ਕੋਰੋਨਾ ਦੇ ਸਮੇਂ ਦੇ ਬਾਵਜੂਦ ਵੀ ਇਸ ਵਾਰੀ ਐਸੇ ਪਹਿਲੀਆਂ ਨਵੇਂ ਤਰੀਕੇ ਕਰਨਾ ਹੈ ਲੋਕਾਂ ਕੀ ਇਹ ਵਿਰਾਸਤੀ ਹਫਤਾ ਮਨਾਉਂਦੇ ਦਿੱਖਿਆ। ਸੰਕਟ 'ਚ ਸੰਸਕ੍ਰਿਤੀ ਬੜੀ ਕੰਮ ਆਉਂਦੀ ਹੈ। ਇਹਦੇ ਨੇ ਨਿਭੜਨੇ 'ਚ ਅਹਿਮ ਭੂਮਿਕਾ ਨਭੀ ਗਿਆ ਟੈਕਨੋਲੋਜੀ ਦੇ ਰਾਹੀਂ ਵੀ ਸੰਸਕ੍ਰਿਤੀ ਇੱਕ ਪਾਵਨਾਤਮਕ ਰੀਚਾਰਜ ਵਾਲਾ ਲੇਖ ਕੰਮ ਕਰਦੀ ਹੈ ਅੱਜ ਮੁਲਖਾ ਵਿੱਚ ਕਈ ਅਜਾਇਬ ਘਰ ਤੇ ਲਾਇਬ੍ਰੇਰੀਆਂ ਆਪਣੇ ਸੰਗ੍ਰਹਿ ਦੀ ਪੂਰੀ ਚਾਲਿਕਨ ਡਿਜੀਟਲ ਬਣਾਉਣੇ ਪਰ ਕੰਮ ਕਰਾ ਕਰਦੇ ਨੇ ਦਿੱਲੀ ਚ ਸਾਡੇ ਰਾਸ਼ਟਰੀ ਸੰਗ੍ਰਹਾਲੇ ਨੇ ਇਸ ਸਰਬੰਧ ਵਿੱਚ ਕਿਸ ਸਰਾਨੇਯੋਗ ਯਤਨ ਕੀਤੇ ਨੇ ਰਾਸ਼ਟਰੀ ਸੰਗ੍ਰਹਾਲਿਆਸਿਆ ਕਰੀਬ 10 ਵਰਚੁਅਲ ਗੈਲਰੀਆਂ ਪੇਸ਼ ਕਰਨ ਦੀ ਦਿਸ਼ਾ 'ਚ ਕੰਮ ਚਲਾ ਕਰਦਾ ਹੈ ਐਨਾ ਮਜ਼ੇਦਾਰ ਉਨ ਤੁਸੀਂ ਘਰ ਬੈਠੇ ਦੇ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਗੈਲਰੀਆਂ ਦਾ ਟੂਰ ਕਰੀ ਸਕਕੇ ਜਿੱਥੇ ਇੱਕ ਬਖੀ ਸਾਂਸਕ੍ਰਿਤਿਕ ਦਰੋਹਰੇਂਗੀ ਟੈਕਨਾਲੋਜੀ ਦੇ ਰਾਹੀਂ ਬਦ ਤੋਂ ਬਦ ਲੋਕਾਂ ਤੱਕ ਰਪਜਾਣਾ ਅਹਿਮ ਹੈ ਉੱਥੇਗਾ ਇਹਨੇ ਦਰੋਹਰੇਂ ਦੇ ਸੁਰੱਖਣ ਲਈ ਟੈਕਨਾਲੋਜੀ ਦਾ ਇਸਤੇਮਾਲ ਵੀ ਮਤਵਪੂਰਨ ਹੈ ਹਾਲ ਚਿਰ ਇੱਕ ਦਿਲਚਸਪ ਪ੍ਰੋਜੈਕਟ ਦੇ ਬਾਰੇ ਚ ਪੜਾ ਕਰਤਾ ਨਾਰਵੇ ਦੇ ਉੱਤਰ 'ਚ ਸਵਾਲਵਾਰਤ ਨਾ ਦਾ ਟਾਪੂ ਹੈ ਇਸ ਟਾਪੂ 'ਚ ਇੱਕ ਪ੍ਰੋਜੈਕਟ ਆਰਕਟਿਕ ਵਰਲਡ ਆਰਕਾਈਵ ਬਣਾਇਆ ਗਿਆ ਹੈ ਇਸ ਆਰਕਾਈਵ 'ਚ ਬੜਮੁੱਲੇ ਵਿਰਾਸਤੀ ਡੇਟਾ ਦੀ ਇਸ ਚਾਲੀ 'ਕਨ ਰੱਖਿਆ ਗਿਆ ਹੈ ਜੇ ਕਿਸੇ ਵੀ ਚਾਲੀ ਦੇ ਕੁਦਰਤੀ ਜਾਂ ਮਨੁੱਖੀ ਤੌਰ 'ਤੇ ਪੈਦਾ ਆਫਤਾਂਏ ਕਰੀ ਪ੍ਰਭਾਵਿਤ ਨਹੀਂ ਹੋਈ ਸਕਣ ਉਹਨੇ ਹਾਲਚ ਗਏ ਇਹ ਵੀ ਜਾਣਕਾਰੀ ਆਈ ਹੈ ਜੇ ਅਜੰਤਾ ਗੁਫਾਇਾਂ ਦੀ ਦਰੋਹਰ ਕੀ ਵੀ ਡਿਜੀਟਾਈਜ਼ ਕਰੀਆ ਇਸ ਪ੍ਰੋਜੈਕਟ 'ਚ ਸੰਜੋਆ ਜਾ ਕਰਦਾ ਹੈ ਇਹਦੇ 'ਚ ਅਜੰਤਾ ਗੁਫਾਵਾਂ ਦੀ ਪੂਰੀ ਝਲਕ ਦੇਖਣੇ ਕੀ ਮਿਲੋਗ ਇਹਦੇ ਚ ਡਿਜੀਟਲਾਈਜ਼ਡ ਤੇ ਰੀਸਟੋਰਡ ਪੇਂਟਿੰਗ ਦੇ ਕੰਨੋ ਕੰਨੀ ਇਹਦੇ ਨਾਲ ਸਰਬੰਧਤ ਦਸਤਾਵੇਜ਼ ਤੇ ਉਲੇਖ ਵੀ ਸ਼ਾਮਲ ਹੋਗਣ ਸਾਥੀਓ ਮਹਾਮਾਰੀ ਨੇ ਇੱਕ ਵਖੀ ਜਿੱਥੇ ਸਾਡੇ ਕੰਮ ਕਰਨ ਦੇ ਤੌਰ ਤਰੀਕੇ ਕੀ ਬਦਲਿਆ ਹੈ ਤਾਂ ਦੂਈ ਵਖੀ ਕੁਦਰਤ ਕੀ ਨਵੇਂ ਟੰਗ ਕਨੇ ਅਨੁਭਵ ਕਰਨ ਦਾ ਵੀ ਮੌਕਾ ਦਿੱਤਾ ਹੈ ਕੁਦਰਤ ਕੀ ਦਿਖਣੇ ਦੇ ਸਾਡੇ ਨਜ਼ਰੀਏ ਚ ਵੀ ਬਦਲਾਅ ਆਇਆ ਹੈ ਉਨਾਸ ਸਿਆਲਾ ਦੀ ਰੁੱਤ ਚ ਕਦਮ ਰੱਖਾ ਕਰਨੇ ਆ ਅਸੇਂਗੀ ਕੁਦਰਤ ਦੇ ਬਖ ਬਖ ਰੰਗ ਦਿਖਣੇਗੇ ਮਿਲਗਣ ਪਿਛਲੇ ਕੁਝ ਦਿਨੇ ਥਮਾ ਇੰਟਰਨੈਟ ਚੈਰੀ ਬਲਾਜ਼ਮ ਦੀ ਵਾਇਰਲ ਤਸਵੀਰਾਂ ਕਰਨੇ ਪਰੋਚੇ ਦਾ ਤੂੰ ਸੋਚਾ ਕਰਦੇ ਹੋਗੇ ਜਿਸ ਲਈ ਮੈਂ ਚੈਰੀ ਬਲਾਜ਼ਮ ਦੀ ਗੱਲ ਕਰਾ ਕਰਨਾ ਤਾਂ ਜਾਪਾਨ ਦੀ ਇਸ ਮਸ਼ਹੂਰ ਪਛਾਣ ਦੀ ਗੱਲ ਕਰਾ ਕਰਨਾ ਪਰ ਐਸਾ ਨਹੀਂ ਹੈ ਇਹ ਜਾਪਾਨ ਦੀਆਂ ਤਸਵੀਰਾਂ ਨਹੀਂ ਹਨ ਇਹ ਆਪਣੇ ਮੇਘਾਲੇ ਦੇ ਸ਼ਿਲਾੰਗ ਦੀਆਂ ਤਸਵੀਰਾਂ ਹਨ ਮੇਘਾਲੇ ਦੀ ਖੂਬਸੂਰਤੀ ਕੀ ਇਨੇ ਚੈਰੀ ਬਲਾਜ਼ਮ ਨੇ ਔਰ ਵਧਾ ਦੇ ਦਿੱਤਾ ਹੈ ਸਾਥੀਓ ਇਸ ਮਹੀਨੇ 12 ਨਵੰਬਰ ਸਮਾਂ ਡਾਕਟਰ ਸਲੀਮ ਅਲੀ ਜੀ ਹੁੰਦਾ 105ਵਾਂ ਜਨਤੀ ਸਮਾਰੋਹ ਸ਼ੁਰੂ ਹੈ ਡਾਕਟਰ ਸਲੀਮੋ ਨੇ ਪੰਛੀਆਂ ਦੀ ਦੁਨੀਆ ਚ ਬਰਡ ਵਾਚਿੰਗ ਲਈ ਇਹ ਬੜਾ ਵਧੀਆ ਕੰਮ ਕੀਤਾ ਹੈ ਦੁਨੀਆ ਦੇ ਬਰਡ ਵਾਚਰਸ ਕੀ 파ਰ ਦੇ ਪ੍ਰਤੀ ਆਕਰਸ਼ਿਤ ਵੀ ਕੀਤਾ ਹੈ ਮੈਂ ਮੇਸ਼ਾ ਥਾਂ ਬਰਡ ਵਾਚਿੰਗ ਦੇ ਸ਼ੌਕੀਨ ਲੋਕਾਂ ਦੀ ਸਰਾਹਨਾ ਕਰਨ ਵਾਲਾ ਰਿਹਾ ਬੜੇ ਸਬਰ ਤੇ ਕਰਨਾ ਹੈ ਉਹ ਘੰਟੇ ਤੱਕ ਕਰ ਬੜਲਾ ਥਮਾ ਸੰਜਾਂ ਤੱਕ ਕਰ ਬਰਡ ਵਾਚਿੰਗ ਕਰੀ ਸਕਦੇ ਨੇ ਕੁਦਰਤ ਦੇ ਸ਼ਾਨਦਾਰ ਨਜ਼ਾਰੇ ਦਾ ਆਨੰਦ ਠੁਾਈ ਸਕਦੇ ਨੇ ਤੇ ਆਪਣੇ ਗਿਆਨ ਦੀ ਅਸੀਂ ਲੋਕੇ ਤੱਕਰ ਵੀ ਪਹੁੰਚਾਦੇ ਰਹੋਦੇ ਨੇ ਭਾਰਤ 'ਚ ਵੀ ਕਈ ਸਾਰੀਆਂ ਬਰਡ ਵਾਚਿੰਗ ਸੁਸਾਇਟੀਆਂ ਸਕਰੀਅਨ ਤੁਸੀਂ ਵੀ ਪੱਕ ਗੈਸ ਵਿਸ਼ੇ ਕਰਨੇ ਜੁੜੋ meri vyasta zindagi ch migi bhi pichle dinay keowliya ch panchangi de kanna samay batane da bada ga yaadgar mauka milya panchangi de kanna bataye da samay tusin ki kudrat kanna vi jodug te paryavaran layi vi prerana deg mere pyare desh vasiyo bharat di sanskriti te shastra me sha tha ma ga puri duniya asta aakarshan de kendra rehna kai log ta indi khoj ch bharat aaye te meesha layi itthu de ga oya rahi ge ਇਹ ਗੈਂ ਲੋਕ ਵਾਪਸ ਆਪਣੇ ਮੂਲਖ ਜਾਈ ਹੈ ਇਸ ਸੰਸਕ੍ਰਿਤੀ ਦੇ ਸੰਵਾਹਕ ਬਣੇਗੇ ਮਿਗੀ ਜੋਨਸ ਮਸੀਤੀਓਂ ਦੇ ਕੰਮ ਦੇ ਬਾਰੇ ਚ ਜਾਣਨੇ ਦਾ ਮੌਕਾ ਮਿਲਿਆ ਜਿਨੇ ਕੀ ਵਿਸ਼ੂਨਾਥ ਦੇ ਨਾਮ ਕਨੇ ਵੀ ਜਾਣਿਆ ਜਾਂਦਾ ਹੈ ਜੋਨਸ ਬ੍ਰਾਜ਼ੀਲ ਚ ਲੋਕਾਂ ਕੀ ਵੇਦਾਂਤ ਤੇ ਗੀਤਾ ਸਿਖਾਉਂਦੇ ਨੇ ਉਹ ਵਿਸ਼ਵ ਵਿਦਿਆਨਾ ਦੀ ਇੱਕ ਸੰਸਥਾ ਚਲਾਉਂਦੇ ਨੇ ਜਿਹੜੀ ਰਿਓ ਡੀ ਜਨੇਇਰੋ ਥਾਂ ਕੈਂਟੇ ਪਰ ਦੇ ਛੰਡੇ ਉਪਰ ਪੈਟਰੋਪੋਲੀਸ ਦੇ ਪਹਾੜੇ ਚ ਸਥਿਤ ਹੈ ਜੌਨਸੋਨ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜਾਈ ਕਰਨ ਦੇ ਬਾਅਦ ਸਟਾਕ ਮਾਰਕੀਟ 'ਚ ਆਪਣੀ ਕੰਪਨੀ 'ਚ ਕੰਮ ਕੀਤਾ। ਮਗਰਾਂ ਉਹਦਾ ਰੁਝਾਨ ਭਾਰਤੀ ਸੰਸਕ੍ਰਿਤੀ ਤੇ ਖਾਸ ਕਰਕੇ ਵਿਦਾਂਤ ਵੱਲ ਵਕੀ ਹੋ ਗਿਆ। ਸਟਾਕ ਥਮਾ ਲਈ ਹੈ ਅਧਿਆਤਮਿਕਤਾ ਤੱਕ। ਅਸਲ 'ਚ ਉੰਦੀ ਇੱਕ ਲੰਮੀ ਯਾਤਰਾ ਹੈ। ਜੌਨਸੋਨ ਨੇ ਭਾਰਤ 'ਚ ਵਿਦਾਂਤ ਦਰਸ਼ਨ ਦਾ ਅਧਿਐਨ ਕੀਤਾ ਤੇ ਚੌਂ ਬਰੇ ਤੱਕ ਉਹ ਕੋਇੰਬਟੂਰ ਦੇ ਆਰਸ਼ ਵਿਦਿਆ ਗੁਰੂਕੁਲਮ 'ਚ ਰਹੇ। ਜੌਨਸੋਨ 'ਚ ਇੱਕ ਹੋਰ ਖਾਸियत ਹੈ ਉਹ ਆਪਣੇ ਮੈਸੇਜ ਕੀ ਅੱਗੇ ਪਹੁੰਚਾਉਣੇ ਹੱਸਤ ਹੈ ਟੈਕਨੋਲੋਜੀ ਦਾ ਇਸਤੇਮਾਲ ਕਰਾ ਕਰਦੇ ਨੇ ਉਹ ਨਿਯਮਿਤ ਰੂਪ ਕਰਨਾ ਹੈ ਆਨਲਾਈਨ ਪ੍ਰੋਗਰਾਮ ਕਰਦੇ ਨੇ ਉਹ ਹਰ ਰੋਜ਼ ਪੋਡਕਾਸਟ ਕਰਦੇ ਨੇ ਪਿਛਲੇ ਸੱਤੇ ਬਰੇਚ ਜੌਨਸੋ ਨੇ ਵਿਦਿਆਨਤ ਉਪਰ ਆਪਣੇ ਫ੍ਰੀ ਓਪਨ ਕੋਰਸਿੰਗ ਦੇ ਰਾਹੀਂ 1.5 ਲੱਖ ਕੋਲਾ ਮਤੇ ਵਿਦਿਆਰਥੀਆਂ ਨੂੰ ਪੜਾਇਆ ਹੈ ਜੌਨਸ ਨਾ ਚੜਾ ਇੱਕ ਵੱਡਾ ਕੰਮ ਕਰਾ ਕਰਦੇ ਨੇ ਸਗੂਆਂ ਉਸੇ ਇੱਕ ਐਸੀ ਭਾਸ਼ਾ 'ਚ ਕਰਾ ਕਰਦੇ ਨੇ ਜਿਸੀ ਸਮਝਣ ਵਾਲੇ ਦੀ ਗਿਣਤਰੀ ਵੀ ਬੜੀ ਵੱਧ ਹੈ ਲੋਕੇ ਚ ਇਸ ਗੱਲਈ ਹੈ ਬੜੀ ਦਿਲਚਸਪੀ ਹੈ ਜੇ ਕਰੋਨਾ ਤੇ ਕੁਆਰੰਟਾਈਨ ਦੇ ਇਸ ਸਮੇਂ ਚ ਵਿਦਆਦ ਕੀਆ ਬਤਾਦ ਕਰ ਸਕਦਾ ਹੈ ਮਨ ਕੀ ਬਾਤ ਤੇਰਾ ਹੈ ਮੈਂ ਜੌਨਸ ਹੋ ਰੇਗੀ ਉਹਦੇ ਜਤਨੇ ਲਈ ਬਧਾਈ ਦਿਨਾ ਤੇ ਉਹਦੇ ਭਵਿੱਖ ਦੇ ਜਤਨੇ ਲਈ ਸ਼ੁਭਕਾਮਨਾ ਦਿਨਾ ਸਾਥੀਓ ਇਸੇ ਚਾ ਲਈ ਉਹਨੇ ਇੱਕ ਖਬਰ ਉਪਰ ਤੁਹਾਡਾ ਧਿਆਨ ਪੱਕ ਗਿਆ ਹੋ ਨਿਊਜ਼ੀਲੈਂਡ ਚ ਉਥੋਂ ਦੇ ਨਵੇਂ ਚੁਣੇ ਗਏ ਦੇ ਐਮਪੀ ਡਾਕਟਰ ਗੌਰਵ ਸ਼ਰਮਾ ਉਹ ਨੇ ਦੁਨੀਆ ਦੀਆਂ ਪ੍ਰਾਚੀਨ ਪਾਸ਼ਾਆਂ ਚ ਇੱਕ ਸੰਸਕ੍ਰਿਤ ਭਾਸ਼ਾ ਚ ਸੁਗੰਧ ਚੁੱਕੀ ਹੈ ਇੱਕ ਭਾਰਤੀ ਦੇ ਤੌਰ ਪਰ ਭਾਰਤੀ ਸੰਸਕ੍ਰਿਤੀ ਦਾ ਇਹ ਪ੍ਰਸਾਰ ਅਸੀਂ ਸਭਨੇ ਦੀ ਗਰਵ ਕਰਨੇ ਭਰੀ ਦਿੰਦਾ ਮਨ ਕੀ ਬਾਤ ਤੇ ਰਾਏ ਮੈਂ ਗੌਰਵ ਸ਼ਰਮਾ ਜੀ ਨੂੰ ਰਗੀ ਸ਼ੁਭ ਕਾਮਨਾ ਦਿੰਦਾ ਸਾਡੀ ਸਭਨੇ ਦੀ ਕਾਮਨਾ ਹੈ ਉਹ ਨਿਊਜ਼ੀਲੈਂਡ ਦੇ ਲੋਕਾਂ ਦੀ ਸੇਵਾ ਚ ਨਵੀਂ ਉਪਲਬਧੀਆਂ ਹਾਸਲ ਕਰਨਾ ਮੇਰੇ ਪਿਆਰੇ ਦੇਸ਼ ਵਾਸੀਓ ਕੱਲ 3 ਨਵੰਬਰ ਦੀ ਅਸ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 501ਵਾਂ ਪ੍ਰਕਾਸ਼ ਪਰਵ ਮਨਾਗੇ ਪੂਰੀ ਦੁਨੀਆ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਪਸ਼ਟ ਰੂਪ ਕਰਨਾ ਨਜ਼ਰੀ ਆਉਂਦਾ ਹੈ ਵੈਂਕੂਵਰ ਥਮਾ ਵੈਲਿੰਗਟਨ ਤੱਕਰ ਸਿੰਗਾਪੁਰ ਥਮਾ ਦੱਖਣੀ ਅਫਰੀਕਾ ਤੱਕਰ ਉਹਦੇ ਸੰਦੇਸ਼ ਹਰ ਬੱਖੀ ਸੋਚਦੇ ਨੇ ਗੁਰੂ ਗ੍ਰੰਥ ਸਾਹਿਬ 'ਚ ਆਖਿਆ ਗਿਆ ਹੈ ਸੇਵਕ ਕੋ ਸੇਵਾ ਬਨ ਆਈ ਯਾਨੀ ਸੇਵਕ ਦਾ ਕੰਮ ਸੇਵਾ ਕਰਨਾ ਹੈ ਪਿਛਲੇ ਕੁਝ ਬਰਾਂ ਚ ਕਈ ਮਹੱਤਵਪੂਰਨ ਪੜਾਅ ਆਏ ਤੇ ਇੱਕ ਸੇਵਕ ਦੇ ਤੌਰ ਪਰ ਅਸੀਂ ਕੀ ਮਤਾਕਿਸ਼ ਕਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਹੋਰੇ ਸਾਢੇ 38 ਸੇਵਾ ਲੈਤੀ ਗੁਰੂ ਨਾਨਕ ਦੇਵ ਜੀ ਹੁੰਦਾ ਹੈ 550ਵਾਂ ਪ੍ਰਕਾਸ਼ ਪਰਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੁੰਦਾ 350ਵਾਂ ਪ੍ਰਕਾਸ਼ ਪਰਵ ਅਗਲੇ ਬਰ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਹੁੰਦਾ 400ਵਾਂ ਪ੍ਰਕਾਸ਼ ਪਰਵ ਵੀ ਹੈ ਮੇਗੀ ਮਹਿਸੂਸ ਹੁੰਦਾ ਹੈ ਜੇ ਗੁਰੂ ਸਾਹਿਬ ਹੁੰਦੀ ਮੇਰੇ ਉਪਰ ਵਿਸ਼ੇਸ਼ ਕਿਰਪਾ ਰਹੀ ਜਿਹੜਾ ਉਹਨੇ ਮਿੱਗੀ ਹਮੇਸ਼ਾ ਆਪਣੇ ਕੰਮੇ 'ਚ ਬੜੇ ਨੇੜੇ ਥਮਾ ਜੋੜਿਆ ਹੈ। ਸਾਥੀਓ, ਕੀ ਤੁਸੀਂ ਜਾਣਦੇ ਹੋ ਜੇ ਕਾਛੇ 'ਚ ਇੱਕ ਗੁਰਦੁਆਰਾ ਹੈ, ਲਖਪਤ ਗੁਰਦੁਆਰਾ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਉਦਾਸੀ ਦੇ ਦੌਰਾਨ ਲਖਪਤ ਗੁਰਦੁਆਰਾ ਸਾਹਿਬ 'ਚ ਰੁਕੇ ਹੈ। 2001 ਦੇ ਪੋਚਾਲ ਕਰੀ ਇਸ ਗੁਰਦੁਆਰੇ 'ਗੀ ਵੀ ਨੁਕਸਾਨ ਪਹੁੰਚਾ। ਇਹ ਗੁਰੂ ਸਾਹਿਬਾਂ ਦੀ ਕਿਰਪਾ ਹੈ ਹੀ ਜੇ ਮੈਂ ਇਹਦਾ ਜੀਰਨ ਉਧਾਰ ਯਕੀਨੀ ਕਰੀ ਸਕਿਆ। ਨਛਣੇ ਗੁਰਦੁਆਰਾ ਦੀ ਮਰਮਤ ਕੀਤੀ ਗਈ ਸੂਆ ਉਹਦੇ ਗੌਰਵ ਤੇ ਭਵਯਤਾ 기 ਵੀ ਫੀ ਸਥਾਪਿਤ ਕੀਤਾ ਗਿਆ ਅਸੀਂ ਸਭ ਨੇ ਗੁਰੂ ਸਾਹਿਬ ਹੁੰਦਾ ਪੂਰਾ ਪੂਰਾ ਅਸ਼ੀਰਵਾਦ ਵੀ ਮਿਲਿਆ ਲਖਵਤ ਗੁਰਦੁਆਰਾ ਦੇ ਸੁਰੱਖਣ ਦੇ ਯਤਨੇ ਕੀ 2004 ਚ ਯੂਨੈਸਕੋ ਏਸ਼ੀਆ ਪੈਸੀਫਿਕ ਹੈਰੀਟੇਜ ਅਵਾਰਡ ਚ ਅਵਾਰਡ ਆਫ ਡਿਸਟਿੰਕਸ਼ਨ ਦਿੱਤਾ ਗਿਆ ਅਵਾਰਡ ਦੇਣ ਵਾਲੀ ਜਿਊਰੀ ਨੇ ਇਹ ਪਾਇਆ ਜੇ ਮਰਮਤ ਦੇ ਦੌਰਾਨ ਸ਼ਿਲਪਕਣੇ ਜੁੜੀ ਦੀਆਂ ਬਰੀਕੀਆਂ ਦਾ ਚੇਚਾ ਧਿਆਨ ਰੱਖਿਆ ਗਿਆ ਜੁਰੀ ਨੇ ਇਹ ਵੀ ਨੋਟ ਕੀਤਾ ਜੇ ਗੁਰਦੁਆਰਾ ਦੇ ਪੁਨਰਨਿਰਮਾਣ ਕੰਮ ਚ ਸਿੱਖ ਸਮੁਦਾਇ ਦੀ ਨਾ ਛੜੀ ਸਕਰੀਏ ਪਾਗੀਦਾਰੀ ਰਹੀ ਸਭੂਆ ਉੰਦੇ ਦੇ ਮਾਰਗਦਰਸ਼ਨ ਚ ਇਹ ਕੰਮ ਹੋਆ ਲਖਪਤ ਗੁਰਦੁਆਰਾ ਜਾਣੇ ਦਾ ਸੁਭਾਗਯ ਮਿਗੀ ਉਸਲੇ ਵੀ ਮਿਲਿਆ ਹਾ ਜਿਸਲੇ ਮੈਂ ਮੁੱਖ ਮੰਤਰੀ ਵੀ ਨਹੀਂ ਹਾ ਮਿਗੀ ਉੱਥੇ ਜਈਏ ਬੜੀ ਮਤੀ ਊਰਜਾ ਮਿਲਦੀ ਹੀ ਇਸ ਗੁਰਦੁਆਰੇ ਚ ਜਈਏ ਹਰ ਕੋਈ ਆਪਨੇ ਆਪੇ ਕੀ ਤਨ ਮਹਿਸੂਸ ਕਰਦਾ ਹੈ ਮੈਂ ਇਸ ਗੱਲ ਲਈ ਵੀ ਬੜਾ కృਤਗੀਆਂ ਜੇ ਗੁਰੂ ਸਾਹਿਬ ਹੋਰੇ ਮੇਰੇ ਥਮਾ ਨਿਰੰਤਰ ਸੇਵਾ ਲਹਤੀ ਹੈ ਪਿਛਲੇ ਬਾਰੇ ਨਵੰਬਰ ਚ ਗਏ ਕਰਤਾਰਪੁਰ ਸਾਹਿਬ ਕਾਰਿਡੋਰ ਦਾ ਖੁੱਲਣਾ ਬੜਾ ਗਾ ਇਤਿਹਾਸਿਕ ਰਿਆ ਇਸ ਗੱਲੇ ਕੀ ਮੈਂ ਜੀਵਨ ਭਰ ਆਪਣੇ ਦਿਲਾਂ ਅੰਦਰ ਸਜੋਈਏ ਰੱਖਾਂਗਾ ਇਹ ਸਾਡਾ ਸਭਨੇ ਦਾ ਸੌਭਾਗਿਆ ਜਿਸੇਂ ਕੀ ਸ੍ਰੀ ਦਰਬਾਰ ਸਾਹਿਬ ਹੁੰਦੀ ਸੇਵਾ ਕਰਨੇ ਦਾ ਇੱਕ ਔਰ ਮੌਕਾ ਮਿਲਿਆ ਵਿਦੇਸ਼ ਚ ਰੋਣੇ ਵਾਲੇ ਸਾਡੇ ਸਿੱਖ ਭਰਾਏ ਭੈਣੇ ਲਈ ਉਹ ਦਰਬਾਰ ਸਾਹਿਬ ਦੀ ਸੇਵਾ ਲਈ ਪੈਸੇ ਭੇਜਣਾ ਔਰ ਸੌਖ ਹੋਈ ਗਿਆ ਇਸ ਗਾਇਕਨਾਂ ਦੁਨੀਆ ਭਰ ਦੀ ਸੰਗਤ ਦਰਬਾਰ ਸਾਹਿਬ ਤੇ ਔਰ ਨੇੜੇ ਆਈ ਗਈ ਹੈ ਸਾਥੀਓ ਇਹ ਗੁਰੂ ਨਾਨਕ ਦੇਵ ਜੀ ਗਏ ਜਿਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਸੀ ਤੇ ਅੱਜ ਅਸੀਂ ਦੇਖਿਆ ਜੇ ਦੁਨੀਆ ਭਰ ਐ ਸਿੱਖ ਸਮੁਦਾਇ ਨੇ ਕਿਸ ਚਾਲੀ ਕਰੋਨਾ ਦੇ ਇਸ ਸਮੇਂ ਚ ਲੋਕੀਂ ਨੂੰ ਰੋਟੀ ਖੁਲਾਣੇ ਦੀ ਆਪਣੀ ਪਰੰਪਰਾ ਗੀ ਜਾਰੀ ਰੱਖਿਆ ਹੈ ਮਨੁੱਖਤਾ ਦੀ ਸੇਵਾ ਕੀਤੀ ਇਹ ਪਰੰਪਰਾ ਸਾਡੇ ਸਭਨੇ ਲਈ ਲਗਾਤਾਰ ਪ੍ਰੇਰਣਾ ਦਾ ਕੰਮ ਕਰਦੀ ਹੈ ਮੇਰੀ ਕਾਮਨਾ ਹੈ ਆ ਸਭੈ ਸੇਵਕ ਵਾਲਾ ਲੇਖਾ ਕੰਮ ਕਰਦੇ ਰਹੋ ਚਾਹੇ ਗੁਰੂ ਸਾਹਿਬ ਮੇਰੇ ਥਮਾ ਤੇ ਦੇਸ਼ ਵਾਸੀਆਂ ਥਮਾ ਇਸੇ ਚਾਲੀ ਸੇਵਾ ਲੈਂਦੇ ਰਹੋ ਇੱਕ ਵਾਰੀ ਫੀ ਗੁਰੂ ਨਾਨਕ ਜੰਤੀ ਉਪਰ ਮੇਰੀ ਮਤੀਆਂ ਮਤੀਆਂ ਸ਼ੁਭ ਕਾਮਨਾ ਮੇਰੇ ਪਿਆਰੇ ਦੇਸ਼ ਵਾਸੀਓ ਪਿਛਲੇ ਦਿਨੇ ਮਿਗੀ ਮੁਲਖ ਪਰ ਆਦੀ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਕਨੇ ਗੱਲਬਾਤ ਕਰਨ ਦਾ ਉਹਦੀ ਸਿੱਖਿਆ ਯਾਤਰਾ ਦੇ ਮਹੱਤਵਪੂਰਨ ਕਾਰਜਕ੍ਰਮ ਵਿੱਚ ਸ਼ਾਮਲ ਹੋਣ ਦਾ ਮੌਕਾ ਸਲੂਆ ਟੈਕਨੋਲੋਜੀ ਦੇ ਰਾਹੀਂ ਮੈਂ ਆਈਆਈਟੀ ਗੁਹਾਟੀ ਆਈਆਈਟੀ ਦਿੱਲੀ ਗਾਂਧੀਨਗਰ ਦੀ ਦੀਨਦਿਆਲੇ ਪੈਟਰੋਲੀਅਮ ਯੂਨੀਵਰਸਿਟੀ ਦਿੱਲੀ ਦੀ ਜੀਐਨਯੂ ਮੈਸੂਰ ਯੂਨੀਵਰਸਿਟੀ ਤੇ ਲਖਨਊ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਜੁੜੀ ਸਕਿਆ ਮੁਲਕ ਦੇ ਜਵਾਨਾਂ ਦੇ ਵਿੱਚ ਹੋਣਾ ਬੜਾ ਤਰੋਤਾਜ਼ਾ ਕਰਨਿਆਲਾ ਤੇ ਊਰਜਾ ਕਰਨਿਆ ਪਰਨਿਆਲਾ ਹੁੰਦਾ ਹੈ ਯੂਨੀਵਰਸਿਟੀ ਦੇ ਪਰਿਸਰ ਤੇ ਇੱਕ ਚਾਲੀ ਕਰਨ ਮਿਨੀ ਇੰਡੀਆ ਲਿਖਾ ਹੁੰਦੈਨ ਇੱਕ ਵੱਖੀ ਜਿੱਥੇ ਇਹਨੇ ਕੈਂਪਸ ਚ ਭਾਰਤ ਦੀ ਬਨ ਸੁਮੰਨਤਾ ਤੇ ਦਰਸ਼ਨ ਹੁੰਦੈਨ ਉੱਥੇ ਕੇ ਦੂਈ ਬਕੀ ਉੱਥੇ ਨਿਊ ਇੰਡੀਆ ਲਈ ਵੱਡੇ ਵੱਡੇ ਬਦਲਾਵ ਦਾ ਜਜ਼ਬਾ ਵੀ ਨਜ਼ਰੀ ਆਉਂਦਾ ਹੈ ਕਰੋਨਾ ਥਾਂਵਾਂ ਪਹਿਲੇ ਦੇ ਦਿਨੇ ਚ ਜਿਸਲੇ ਮੈਂ ਰੂਬ ਰੂਕ ਉਸੇ ادارے ਦੇ ਕਾਰਜਕ੍ਰਮ ਚ ਜਾਂਦਾ ਹਾਂ ਤਾਂ ਇਹ ਗੁਜ਼ਾਰਿਸ਼ ਵੀ ਕਰਤਾ ਹਾਂ ਜੀ ਆਲੇ ਦੁਆਲੇ ਦੇ ਸਕੂਲਾਂ ਥਾਂਵਾਂ ਗਰੀਬ ਬੱਚੇ ਵੀ ਉਸ ਸਮਾਰੋਹ ਚ ਸੱਦਿਆ ਜਾ ਉਹ ਬੱਚੇ ਉਸ ਸਮਾਰੋਹ ਚ ਮੇਰੇ ਖਾਸ ਪਰੋਣੇ ਬਣੀ ਆਉਂਦੇ ਰਹੇ ਨੇ ਇੱਕ ਲੋਕਾਂ ਚ ਨੇ ਆ ਬੱਚਾ ਉਸ ਭਵਯ ਸਮਾਰੋਹ ਚ ਕੁਸੇ ਯੁਵਾ ਕੀ ਡਾਕਟਰ ਇੰਜੀਨੀਅਰ ਸੈਜਦਾਨ ਬੰਦੇ ਦਿਖਦਾ ਹੈ ਕਿਸੇ ਦੀ ਤਗਮਾ ਲੈਂਦੇ ਹੋਏ ਦਿਖਦਾ ਹੈ ਤਾਂ ਉਹਦੇ ਅੰਦਰ ਨਵੇਂ ਸੁਖਣੇ ਪੈਦਾ ਹੁੰਦੇ ਨੇ ਮੈਂ ਵੀ ਕਰੀ ਸਕਣਾ ਇਹ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਤੇ ਇਹ ਲਈ ਪ੍ਰੇਰਣਾ ਮਿਲਦੀ ਹੈ ਸਾਥੀਓ ਇਹਦੇ अलावा ਇੱਕ ਹੋਰ ਗੱਲ ਜਾਣਨ ਵਿੱਚ ਮੇਰੀ ਹਮੇਸ਼ਾ ਦਿਲਚਸਪੀ ਰਹਿੰਦੀ ਹੈ ਜੇ ਉਸ ادارے ਦੇ ਸਾਬਕਾ ਵਿਦਿਆਰਥੀ ਕੁੰਨ ਉਸ ਸੰਸਥਾਨ ਦੇ ਆਪਣੇ ਸਾਬਕਾ ਵਿਦਿਆਰਥੀ ਕੰਨ ਨਿਯਮਿਤ ਤੌਰ ਉਪਰ ਸਪਰਕ ਚਰੋਣੇ ਦੀ ਵਿਵਸਥਾ ਹੈ ਕਿ ਆ ਉੰਦਰ ਸਾਫਾ ਵਿਦਿਆਰਥੀਆਂ ਦਾ ਨੈਟਵਰਕ ਕਿੰਨਾ ਜੀਵੰਤ ਹੈ ਮੇਰੇ ਯੁਵਾ ਦੋਸਤੋ ਤੂੰ ਉਸ ਉਸਲਾਤਾ ਕਰ ਗਿਆ ਕਿਸੇ ادارے ਦੇ ਵਿਦਿਆਰਥੀ ਹੁੰਦੇ ਹੋ ਜਿਸ ਲੱਤਾ ਕਰ ਤੂੰ ਉੱਥੇ ਪੜਾਈ ਕਰਦੇ ਹੋ ਪਰ ਉੱਥੇ ਦੇ ਸਾਫਾ ਵਿਦਿਆਰਥੀ ਤੂੰ ਜੀਵਨ ਭਰ ਬਣੇਦੇ ਰਹਿੰਦੇ ਹੋ ਸਕੂਲ ਕਾਲਜ ਥਾਂ ਨਿਕਲਣ ਦੇ ਬਾਅਦ ਤਾਂ ਚੀਜ਼ਾਂ ਕਦੇ ਖਤਮ ਨਹੀਂ ਹੁੰਦੀਆਂ ਨਾ ਇੱਕ ਤੂੰ ਦੀ ਸਿੱਖਿਆ ਦਾ ਅਸਰ ਤੇ ਦੂਆ ਤੂੰ ਦਾ ਆਪਣੇ ਸਕੂਲ ਕਾਲਜ ਕਰਨੇ ਲਗਾਵ ਜਿਸ ਲੈ ਕਦ ਹੈ ਸਾਪ ਦਾ ਵਿਦਿਆਰਥੀ ਆਪ ਪੁੱਛੇ ਗੱਲ ਕਰਦੇ ਨਾ ਤਾਂ ਸਕੂਲ ਕਾਲਜ ਦੇ ਉਹਦੇ ਚੇਤੇ ਚ ਕਿਤਾਬੇ ਤੇ ਪੜਾਈ ਥਵਾ ਮਤਾ ਕੈਂਪਸ ਚ ਬਤਾਇਆ ਗਿਆ ਦਾ ਸਮੇ ਤੇ ਦੋਸਤਾਂ ਦੇ ਕਦ ਹੈ گزارੇਗੇ ਦੇ ਪਲ ਹੁੰਦੇ ਨੇ ਤੇ ਇਹਨੇ ਚੇਤੇ ਥਵਾ ਗੈ ਜਰਮ ਲੈਂਦੀ ਹੈ ਇੱਕ ਭਾਵਨਾ ਸੰਸਥਾਨ ਲਈ ਕਿਸ਼ ਕਰਨੇ ਦੀ ਜਿੱਥੇ ਤੁੰਦੇ ਵਿਅਕਤੀਤਵ ਦਾ ਵਿਕਾਸ ਹੋਇਆ ਉੱਥੇ ਦੇ ਵਿਕਾਸ ਲਈ ਤੁਸੀਂ ਕਿਸ਼ ਕਰ ਸਕਦੇ ਹੋ ਇਹਦੇ ਸ਼ਾ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਮੈਂ कि ऐसे जत्ने बारे पढ़िया जितने साका विद्यार्थियों अपने पराने संस्थाने बधी चढ़िए दिता है अजकल साबका विद्यार्थी इसकी लिये बड़े सक्रिय न आईआईटी संस्थाने के साका विद्यार्थियों अपने संस्थाने कॉन्फ्रेंस सेंटर मैनेजमेंट सेंटर इन्क्यूबेष सेंटर जने कई बखस्था आपू बनाइए दभै यत मौजूद विद्यार्थियों के सीखने तजर्बे सुधार करते हैं ਆਈਆਈਟੀ ਦਿੱਲੀ ਨੇ ਇੱਕ ਬੰਦੋਬਸਤੀ ਕੋਸ਼ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਕਿ ਇੱਕ ਸ਼ਾਨਦਾਰ ਵਿਚਾਰ ਹੈ ਦੁਨੀਆ ਦੀ ਮੰਨੀ ਪਰਮੰਨੀ ਦੀਆਂ ਯੂਨੀਵਰਸਿਟੀਆਂ 'ਚ ਇਸ ਚਾਲੀ ਦੇ ਬੰਦੋਬਸਤੀ ਕੋਸ਼ ਬਣਾਉਣ ਦਾ ਕਲਚਰ ਰਿਹਾ ਹੈ ਜਿਹੜਾ ਵਿਦਿਆਰਥੀ ਦੀ ਮਦਦ ਕਰਦਾ ਹੈ ਮੈਨੂੰ ਲੱਗਦਾ ਹੈ ਜੇ ਭਾਰਤ ਦੀਆਂ ਯੂਨੀਵਰਸਿਟੀਆਂ ਵੀ ਇਸ ਸੰਸਕ੍ਰਿਤੀ ਦੀ ਸੰਸਥਾਗਤ ਕਰਨ 'ਚ ਸક્ષਮ ਨ ਜਿਸ ਲਈ ਕਿਸ ਪ੍ਰਤਾਨੇ ਦੀ ਗੱਲ ਆਉਂਦੀ ਹੈ ਤਾਂ ਕਿਸ ਵੀ ਵੱਡਾ ਜਾਂ ਲੋਕਾ ਨਹੀਂ ਹੁੰਦਾ ਨਿੱਕੀ ਥਾਂ ਮਾ ਨਿੱਕੀ ਮਦਦ ਵੀ ਮਾਇਨੇ ਰੱਖਦੀ ਹੈ ਹਰ ਯਤਨ ਮਹੱਤਵਪੂਰਨ ਹੁੰਦਾ ਅਕਸਰ ਸਾਫ ਦਾ ਵਿਦਿਆਰਥੀ ਆਪਣੇ ਸੰਸਥਾਨ ਦੇ ਟੈਕਨਾਲੋਜੀ ਦਾ ਦਰਜਾ ਵਧਾਉਣੇ ਚ ਇਮਾਰਤ ਦੇ ਨਿਰਮਾਣ ਚ ਅਵਾਰਡ ਤੇ ਵਜ਼ੀਫੇ ਸ਼ੁਰੂ ਕਰਨੇ ਚ ਉਨਰ ਵਿਕਾਸ ਦੇ ਕਾਰਜਕ੍ਰਮ ਸ਼ੁਰੂ ਕਰਨੇ ਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਕਿਛ ਸਕੂਲੇ ਦੀ ਪੁਰਾਣੇ ਵਿਦਿਆਰਥੀ ਦੀ ਐਸੋਸੀਏਸ਼ਨ ਨੇ ਮੈਂਟਰਸ਼ਿਪ ਕਾਰਜਕ੍ਰਮ ਸ਼ੁਰੂ ਕੀਤੇ ਨੇ ਇਹਦੇ ਚ ਉਹ ਵੱਖਰੇ ਵੱਖਰੇ ਬੈਚ ਦੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਨੇ ਕੰਨਿਆ ਗਿਆ ਸਿੱਖਿਆ ਸਰਬੰਧੀ ਸੰਭਾਵਨਾ ਉਪਰ ਚਰਚਾ ਕਰਦੇ ਨੇ ਕਈ ਸਕੂਲਾਂ 'ਚ ਖਾਸ ਤੌਰ 'ਤੇ ਬੋਰਿੰਗ ਸਕੂਲਾਂ ਦੀ ਸਾਬਕਾ ਵਿਦਿਆਰਥੀ ਦੀ ਐਸੋਸੀਏਸ਼ਨ ਬੜੀ ਮਜ਼ਬੂਤ ਹੈ ਜਿਹੜੀ ਖੇਡ ਪ੍ਰਤੀਯੋਗਤਾਵਾਂ ਤੇ ਸਮਾਜਿਕ ਸੇਵਾ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਦੀ ਰਹਿੰਦੀ ਹੈ ਮੈਂ ਸਾਬਕਾ ਵਿਦਿਆਰਥੀ ਨੂੰ ਗੁਜ਼ਾਰਿਸ਼ ਕਰਨਾ ਚਾਹਨਾ ਏ ਉਹਨੇ ਜਿਹੜੇ ادارے 'ਚ ਪੜ੍ਹਾਈ ਕੀਤੀ ਹੈ ਉਹਦੇ ਕੰਨ ਆਪਣੇ ਸਰਬੰਧਾਂ ਦੀ ਔਰ ਮਤਾ ਮਜ਼ਬੂਤ ਕਰਦੇ ਰਹਿਣ ਭਾਵੇਂ ਉਹ ਸਕੂਲ ਹੋਵੇ ਕਾਲਜ ਹੋਵੇ ਜਾਂ ਯੂਨੀਵਰਸਿਟੀ ਮੇਰੀ ਸੰਸਥਾਨ ਨੇ ਤੁਹਾਨੂੰ ਵੀ ਗੁਜ਼ਾਰਿਸ਼ ਹੈ ਇਸ ਸਾਭਕਾ ਵਿਦਿਆਰਥੀਆਂ ਕੀ ਕਨੈਕਟ ਜੋੜਨੇ ਦੇ ਨਵੇਂ ਤੇ ਇਨੋਵੇਟਿਵ ਤਰੀਕੇ ਪਰ ਕੰਮ ਕਰਨ ਰਚਨਾਤਮਕ ਮੰਚ ਵਿਕਸਿਤ ਕਰਨ ਤਾਂ ਜੇ ਸਾਭਕਾ ਵਿਦਿਆਰਥੀਆਂ ਦੀ ਸਕਰੀਏ ਭਾਗੀਦਾਰੀ ਹੋ ਸਕੇ ਵੱਡੇ ਕਾਲਜ ਤੇ ਯੂਨੀਵਰਸਿਟੀ ਕੇ ਨਹੀਂ ਸਾਡੇ ਗ੍ਰਾਹਾਂ ਦੇ ਸਕੂਲਾਂ ਦਾ ਵੀ ਸਾਭਕਾ ਵਿਦਿਆਰਥੀਆਂ ਦਾ ਇੱਕ ਮਜ਼ਬੂਤ ਤਗੜਾ ਤੇ ਸਕਰੀਏ ਨੈਟਵਰਕ ਹੋ ਹੈ ਮੇਰੇ ਪਿਆਰੇ ਦੇਸ਼ ਵਾਸੀਓ 5 ਦਸੰਬਰ ਕੀ ਸ਼੍ਰੀ ਅਰਵਿੰਦੂ ਦੀ ਪੂਨ ਦਿਪੂਨ ਤਿਥੀ ਹੈ ਸ਼੍ਰੀ ਅਰਵਿੰਦੂ ਰਹੇਗੀ ਅਸੀਂ ਜਿੰਨਾ ਪੜਨੇ ਆ ਉੰਨੀ ਗਹਿਰਾਈ ਅਸੇ ਕੀ ਮਿਲਦੀ ਜਾਂਦੀ ਹੈ ਮੇਰੇ ਯੋਗ ਸਾਥੀ ਸ੍ਰੀ ਅਰਬਿੰਦੋ ਰਹੇ ਕੀ ਜਿੰਨਾ ਜਾਣਗਨ ਉੰਨਾ ਗੇ ਆਪਣੇ ਆਪ ਕੀ ਜਾਣਗਨ ਆਪਣੇ ਆਪ ਹੈਗੀ ਸਮਰਿੱਧ ਕਰਗਨ ਜੀਵਨ ਦੀ ਜਿਸ ਭਾਵ ਅਵਸਥਾ ਚ ਤੁਸੀਂ ਉਹ ਜਿਹਨੇ ਸੰਕਲਪੇ ਕੀ ਸਿੱਧ ਕਰਨਿਆ ਹਸਤਾ ਹੈ ਤੁਸੀਂ ਜਤਨ ਕਰਾ ਕਰਦੇ ਹੋ ਉੰਦੇ ਵਿੱਚ ਤੁਸੀਂ ਮੇਸ਼ਾ ਥਾਵਾ ਗੇ ਸ੍ਰੀ ਅਰਬਿੰਦੋ ਰਹੇ ਕੀ ਇੱਕ ਨਵੀਂ ਪ੍ਰੇਰਣਾ ਦਿੰਦੇ ਦਿਖਗੇ ਇੱਕ ਨਵੀਂ ਵੱਤ ਦੱਸਦੇ ਦਿਖਗੇ ਜੀਆਂ ਅੱਜ लोकल जोल वोकल इस अभियान अगड़े बता करने आ और बिंदो हंध स्वदेशी दा दर्शन असंग है दसद च एक बड़ी प्रभावित वाली कविता है छुई शुतो पाए मानतो आशे तुंग होते दी शलाई ताऊ आसे पोते प्रो दीपती जालीते खेते शुते जेते कि छुते लोक नाए शौधीन यानी सुई ते तिया सलाई तक विलायती जा थम आते ਖਾਣੇ ਪੀਣੇ ਸੋਣੇ ਕੁ ਸੈ ਵੀ ਗੱਲ ਚ ਲੋਕ ਆਜ਼ਾਦ ਨਹੀਂ ਨਾ ਉਹ ਆਖਦੇ ਵੀ ਹੈ ਸੋਦੇਸ਼ੀ ਦਾ ਮਤਲਬ ਹੈ ਜੇ ਅਸ ਆਪਣੇ ਭਾਰਤੀ ਕਮਗਾਰੇ ਕਾਰੀਗਰੀ ਦੀ ਬਣਾਈ ਦੀਆਂ ਚੀਜ਼ਾਂ ਦੀ ਪ੍ਰਾਥਮਿਕਤਾ ਦੇ ਚਾਏ ਐਸਾ ਵੀ ਨਹੀਂ ਜੇ ਸ਼੍ਰੀ ਅਰਵਿੰਦੋორე ਵਿਦੇਸ਼ੀ ਥਾਮਾਂ ਕੀ ਚ ਸਿੱਖਣ ਦਾ ਵੀ ਕਦਾਈਂ ਵਿਰੋਧ ਕੀਤਾ ਹੋਇਆ ਜਿੱਥੇ ਜਿਹੜਾ ਨਵਾਂ ਹੈ ਉਥੋਂ ਆ ਸਿੱਖ ਚਾਏ ਜਿਹੜਾ ਸਾਡੇ ਦੇਸ਼ਾਂ ਚ ਸ਼ੈਲ ਹੋ ਸਕਦਾ ਹੈ ਉਹਦਾ ਅਸ ਸਹਿਯੋਗ ਤੇ ਪ੍ਰੋਤਸਾਹਨ ਕਰ ਚਾਏ इेते आत्मनिर्भर भारत अभियान च लोकल फॉर वोकल मंत्र दी भी भावना है खास करिए स्वदेशी अपनाने के लिए उन्हें जो कि आख्या अज हर देशवासी के पढ़ना चाहिए साथियों इससे चाले शिक्षा के लिए भी श्री औरबिंदू के विचार बड़े स्पष्ट है ओ शिक्षा की छड़ा किताबी ज्ञान डिग्री ते नौकरी तक सीमित नहीं मानते हैं श्री औरविंदो आखदे सी राष्ट्रीय शिक्षा साड़ी युवा पीढ़ी के दिल दिमाग की ट्रेनिंग होनी यानी दिमाग का वैज्ञानिक विकास हो दिल च भारतीय भावना भी होन हो एक युवा मुल्ख का बेहतर बसनीक बनी सै श्री ओरबिंदोरें राष्ट्रीय शिक्षा के लिए जी गल उस आखी ही जी मेद की आज मुल्क उसी नवी राष्ट्रीय शिक्षा नीति दे रें पूरा करा करता है मेरे प्यारे देशवासियों ਭਾਰਤ ਚ ਖੇਤੀ ਤੇ ਉਹਦੇ ਕੰਨੇ ਜੁੜੀ ਦੀਆਂ ਚੀਜ਼ਾਂ ਦੇ ਕੰਨ ਨਵੇਂ ਆयाम ਜੁੜਾ ਕਰਦੇ ਨੇ ਪਿਛਲੇ ਦਿਨੇ ਹੋਏ ਦੇ ਕ੍ਰਿਸ਼ੀ ਸੁਧਾਰੇ ਕਿਸਾਨਾਂ ਦੇ ਹਸਤੇ ਨਵੀਆਂ ਸੰਭਾਵਨਾਵਾਂ ਦੇ ਪਿਤੂ ਵੀ ਖੋਲ ਲੈਣ ਬਣੇ ਥਵਾ ਕਿਸਾਨੀ ਦੀ ਜਿਹੜੀ ਮੰਗ ਹੀ ਜਿਹੜੀ ਮੰਗੇਗੀ ਪੂਰਾ ਕਰਨ ਦੇ ਹਸਤੇ ਕੁਛ ਨਾ ਕੁਛ ਸਮੇਂ ਚ ਹਰ ਰਾਜਨੀਤਿਕ ਦਲ ਨੇ ਉਹਦੇ ਕੰਨੇ ਵਾਦਾ ਕੀਤਾ ਹਾ ਉਹ ਮੰਗਾ ਪੂਰੀਆਂ ਹੋਈਆਂ ਬੜੇ ਮਤੇ ਵਿਚਾਰ ਵਿਮਰਸ਼ ਤੇ ਪ੍ਰੰਤ ਭਾਰਤ ਦੀ ਸੰਸਦ ਨੇ ਕ੍ਰਿਸ਼ੀ ਸੁਧਾਰੇ ਨੂੰ ਗੀ ਕਾਨੂੰਨੀ ਸਰੂਪ ਦਿੱਤਾ ਇਨੇ ਸੁਦਾਨੇ ਕੰਨੇ ਨਾਛੜਾ ਕਰਸਾਨੇ ਦੇ ਨੇਕਾ ਬੰਧਨ ਖਤਮ ਹੋਏ ਨਾ ਸਗੂਆ ਉਹਨੇ ਕੀ ਨਵੇਂ ਅਧਿਕਾਰ ਵੀ ਮਿਲੇ ਨਾ ਨਵੇਂ ਮੌਕੇ ਵੀ ਮਿਲੇ ਨਾ ਇਹਨੇ ਅਧਿਕਾਰ ਇਹ ਬੜੇਗਾ ਘੱਟ ਸਮੇਂ ਚ ਕਰਸਾਨੇ ਦੀ ਪਰੇਸ਼ਾਨੀ ਕੀ ਘੱਟ ਕਰਨਾ ਸ਼ੁਰੂ ਕਰ ਦਿੱਤਾ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਦੇ ਕਰਸਾਨ ਜਤਿੰਦਰ ਭੋਜਿਓ ਨੇ ਨਵੇਂ ਖੇਤੀ ਕਾਨੂੰਨ ਦਾ ਇਸਤੇਮਾਲ ਕਿੰਨਾ ਕੀਤਾ ਇਹ ਤੁਸੇ ਕੀ ਵੀ ਜਾਣਨ ਲੋੜ ਚਦਾ ਜਤਿੰਦਰ ਭੋਜਿਓ ਨੇ ਮੱਕਰੀ ਖੇਤੀ ਕੀਤੀ ਹੀ సేకిం తేలే ఉసి వ్యాపారిని బేచనా طے కితా ఫసల్ ది కుల్ కీమత్ طے హోయీ తకరీబన్ 332000 రూపే జితేంద్ర భోయిగి 25000 రూపే అడ్వాన్స్ బి మిలి గయే తయ ఏవా జే బਾਕీ ద పైసా ఒనేగి 15 దినే చ్ చకాయ్ దేతా జా పర్ మగరా అలత్ ఐసే బనే జే ఒనేగి బਾਕీ ది రకమ్ నహీ మిలి కరసన్ థవా ఫసల్ ఖరీది lao మీనే మీనే అదాయిగి నహీ కరో ਮੁਮਕਿਨ ਹੈ ਮੱਕ ਖਰੀਦਨੇ ਵਾਲੇ ਬਰੇਥਮਾ ਚਲਦੀ ਆਵਰਦੀ ਉਸੇ ਪਰੰਪਰਾਗਿ ਦਬਾ ਕਰਤੇ ਹੈ ਇਸੇ ਚਾਲੀ 24 ਮਹੀਨੇ ਤੱਕ ਜਤਿੰਦਰ ਜੀ ਦੀ ਅਦਾਇਗੀ ਨਹੀਂ ਹੋਈ ਇਸ ਹਾਲਾਤ ਚ ਉਹਦੀ ਮਦਦ ਕੀਤੀ ਸਤੰਬਰ ਚ ਜਿਹੜੇ ਪਾਸ ਹੋਏ ਨੇ ਜਿਹੜੇ ਨਵੇਂ ਖੇਤੀ ਕਾਨੂੰਨ ਬਣੇ ਨੇ ਉਹ ਹੁੰਦੇ ਕੰਮ ਆਏ ਇਸ ਕਾਨੂੰਨ ਚ ਇਹ ਤੈਅ ਕੀਤਾ ਗਿਆ ਹੈ ਜੇ ਫਸਲ ਖਰੀਦਨੇ ਦੇ ਤਰ੍ਹਾਂ ਦਿਨੇ ਦੇ ਅੰਦਰ ਗਏ ਕਿਸਾਨ ਕੀ ਪੂਰੀ ਰਕਮ ਦੇਣੀ ਪਉਂਦੀ ਹੈ ਤੇ ਜੇਕਰ ਅਦਾਇਗੀ ਨਹੀਂ ਹੁੰਦੀ ਹੈ ਤਾਂ ਕਿਸਾਨ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਕਾਨੂੰਨ ਚ ਇੱਕ ਹੋਰ ਬੜੀ ਵੱਡੀ ਗੱਲ ਹੈ ਇਸ ਕਾਨੂੰਨ ਚ ਇਹ ਤਸਵੀਜ਼ ਕੀਤੀ ਗਈ ਦੀ ਹੈ ਜੇ ਇਲਾਕੇ ਦੇ ਐਸ ਡੀ ਐਮ ਦੀ 1 ਮਹੀਨੇ ਦੇ ਅੰਦਰ ਗੈਰ ਕਰਸਾਨ ਦੀ ਸ਼ਿਕਾਇਤ ਦਾ ਨਿਬੇੜਾ ਕਰਨਾ ਹੋਗਾ ਹੁਣ ਜਿਸ ਲੈ ਐਸੇ ਕਾਨੂੰਨ ਦੀ ਤਾਕਤ ਸਾਡੇ ਕਰਸਾਨ ਭਰਾ ਦੇ ਕੋਲ ਹੀ ਤਾਂ ਉੰਦੀ ਸਮੱਸਿਆ ਦਾ ਹੱਲ ਤੇ ਹੋਣਾ ਗਿਆ ਉਹਨੇ ਸ਼ਿਕਾਇਤ ਕੀਤੀ ਤੇ ਕਿਛ ਗਏ ਦਿਨਾਂ ਚ ਉਹਦਾ ਬਕਾਇਆ ਚੁਕਾਇਆ ਦਿੱਤਾ ਗਿਆ ਯਾਨੀ ਕਿ ਕਾਨੂੰਨ ਦੀ ਸਹੀ ਤੇ ਪੂਰੀ ਜਾਣਕਾਰੀ ਗਏ ਜਤਿੰਦਰ ਸਿੰਘ ਦੀ ਤਾਕਤ ਬਣੀ ਇਲਾਕਾ ਕੋਈ ਵੀ ਹੋਵੇ ਅਰਚਾਲੀ ਦੇ ਪਰਮ ਤੇ ਅਫਾਈ ਥਵਾ ਦੂਰ ਸਹੀ ਜਾਣਕਾਰੀ ਆਰ ਮੈਨੂਅਲ ਲਈ ਬੜੀ ਵੱਡੀ ਤਾਕਤ ਹੁੰਦੀ ਹੈ। ਕਿਸਾਨੀ ਚ ਜਾਗਰੂਕਤਾ ਵਧਾਣੇ ਦਾ ਐਸਾ ਇੱਕ ਕੰਮ ਕਰਾ ਕਰਦੇ ਨੇ Rajasthan ਦੇ 12 ਜ਼ਿਲ੍ਹੇ ਚ ਰੌਣੇ ਵਾਲੇ ਮੁਹੰਮਦ ਅਸਲਮ ਜੀ। ਇੱਕ ਕਿਸਾਨ ਉਤਪਾਦਕ ਸੰਘ ਦੇ CEO ਵੀ ਹਨ। ਜੀ ਹਾਂ ਤੁਸੀਂ ਸਹੀ ਸੁਣਿਆ। ਕਿਸਾਨ ਉਤਪਾਦਕ ਸੰਘ ਦੇ CEO ਨੇ ਦਾ ਬੱਡੀ-ਬੱਡੀ ਕੰਪਨੀ ਦੇ ਸੀਈਓ ਐਂਗੀ ਇਹ ਸੁਣੀਆਂ ਖਾਰਾ ਲੱਗੂ ਜੇ ਹੁਣ ਦੇਸਾਂ ਦੇ ਦੂਰ ਦਰੇਡੇ ਇਲਾਕੇ 'ਚ ਕੰਮ ਕਰਰਦੇ ਕਰਸਾਨ ਸੰਗਠਨੇ 'ਚ ਵੀ ਸੀਈਓਜ਼ ਆਉਣ ਲੱਗੀ ਪੈਣ ਤੇ ਸਾਥੀਓ ਮੁਹੰਮਦ ਅਸਲਮ ਜੀ ਹੋਰੇ ਆਪਣੇ ਇਲਾਕੇ ਦੇ ਕਈ ਕਰਸਾਨੇ ਦੀ ਮਿਲਾਈ ਹੈ ਇੱਕ ਵਟਸਐਪ ਗਰੁੱਪ ਬਣਾਈ ਲਿਆਤਾ ਹੈ ਇਸ ਗਰੁੱਪ 'ਤੇ ਉਹ ਹਰ ਰੋਜ਼ ਆਲੇ-ਦੁਆਲੇ ਦੀ ਮੰਡੀਆਂ 'ਚ ਕੀ-ਪਾਹ ਚਲਾ ਕਰਦਾ ਹੈ ਇਹਦੀ ਜਾਣਕਾਰੀ ਕਰਸਾਨੇ ਕੀ ਦਿੰਦੇ ਨੇ ਆਪੂ ਉਹਦਾ ਐਫਪੀਓ ਵੀ ਕਰਸਾਨੇ ਤੋਂ ਵਾ ਫਸਲ ਖਰੀਦਦਾ ਹੈ ਇਸ ਕਰੀਏ ਉਹਦੇ ਇਸ ਯਤਨ ਕਰੀ ਕਰਸਾਨੇ ਕੀ ਫੈਸਲਾ ਲੈਣੇ ਚ ਮਦਦ ਮਿਲਦੀ ਹੈ ਸਾਥੀਓ ਜਾਗਰੂਕਤਾ ਐ ਤਾਂ ਜੀਵੰਤਤਾ ਐ ਆਪਣੀ ਜਾਗਰੂਕਤਾ ਕਰਨੇ ਹਜ਼ਾਰੇ ਲੋਕਾਂ ਦੇ ਜੀਨ ਪ੍ਰਭਾਵਿਤ ਕਰਨੇ ਵਾਲੇ ਇੱਕ ਖੇਤੀ ਉਦਮੀ ਸ਼੍ਰੀ ਵਿਰਿੰਦਰ ਯਾਦਵ ਜੀ ਵਿਰਿੰਦਰ ਯਾਦਵ ਜੀ ਕਦੇ ਆਸਟ੍ਰੇਲੀਆ ਚ ਰਹਿੰਦੇ ਹੁੰਦੇ ਸੀ ਦੋ ਬਾਰੇ ਪਹਿਲੇ ਗਏ ਉਹ ਭਾਰਤ ਆਏ ਤੇ ਹੁਣ ਹਰਿਆਣਾ ਦੇ ਕੈਥਲ ਚ ਰਹਿੰਦੇ ਨੇ ਦੁਗਲੇ ਲੋਕਿਆਂ ਦਾ ਲਿਖਾ ਗਿਆ ਖੇਤੀ ਚ ਪ੍ਰਾਲੀ ਉਹਦਾ ਸਾਹਮਣੇ ਇੱਕ ਵੱਡੀ ਸਮੱਸਿਆ ਹੀ ਇਹਦੇ ਹੱਲ ਲਈ ਬੜੇ ਵਿਆਪਕ ਸਤਾਰ ਉੱਪਰ ਕੰਮ ਹੋ ਰਿਹਾ ਹੈ ਪਰ ਅੱਜ ਮਨ ਕੀ ਬਾਤ ਚ ਮੈਂ ਵਿਰਿੰਦਰ ਜੀ ਦਾ ਖਾਸ ਤੌਰ ਉੱਪਰ ਜ਼ਿਕਰ ਇਸ ਕਰੀਏ ਕਰਾ ਕਰਨਾ ਕਿ ਜੀ ਉਹਦੇ ਯਤਨ ਬਖਰੇਣ ਇੱਕ ਨਵੀਂ ਦਿਸ਼ਾ ਦੱਸ ਦੇਣ ਪ੍ਰਾਲੀ ਦਾ ਹੱਲ ਕਰਨ ਵਾਸਤੇ ਵਿਰਿੰਦਰ ਜੀ ਹਰੇ ਪੁਆਲ ਦੀ ਗੰਢ ਬਣਾਉਣ ਵਾਲੀ ਸਟਰਾ ਬੈਲਰ ਮਸ਼ੀਨ ਖਰੀਦੀ ਇਹਦੇ ਲਈ ਉਹਨੇ ਕੀ ਰਾਹੀ ਭਾਈ ਮਹਿਕਮਤਾ ਨੂੰ ਆਰਥਿਕ ਮਦਦ ਵੀ ਮਿਲੀ ਇਸ ਮਸ਼ੀਨ ਕੰਮਾਏ ਉਹਨੇ ਪਰਾਲੀ ਦੇ ਗੱਠੇ ਬਣਾਉਣਾ ਸ਼ੁਰੂ ਕਰ ਦਿੱਤੇ ਗੱਠੇ ਬਣਾਉਣੇ ਪਰੰਤ ਉਹਨੇ ਪਰਾਲੀ ਦੀ ਐਗਰੋ એનર્ਜੀ ਪਲਾਂਟ ਤੇ ਪੇਪਰ ਮਿਲਗੀ ਵੇਚ ਦਿੱਤਾ ਤੁਸੀਂ ਜਾਣੀਆ ਹਰਾਨ ਨਹੀਂ ਜਾਗੇ ਜੇ ਵਿਰਿੰਦਰ ਜੀ ਹੋਰੇ ਪਰਾਲੀ ਕੰਨਾ ਛੜਾ ਦਉ ਬਰੇ ਚ 1.5 ਕਰੋੜ ਰੁਪਏ ਕੋਲਾ ਮਤੇ ਦਾ ਵਪਾਰ ਕੀਤਾ ਤੇ ਉਹਦੇ ਚ ਵੀ ਲਗਭਗ 50 ਲੱਖ ਰੁਪਏ ਮੁਨਾਫਾ ਕਮਾਇਆ ਹੈ ਇਹ ਫਾਇਦਾ ਓਕੜੇ ਕਿਸਾਨੇ ਦੀ ਵੀ ਹੁਆ ਕਰਦਾ ਜਿੰਦੇ ਖੇਤਰੀ ਥਾਂ ਵਿਰਿੰਦਰ ਜੀ ਪਰਾਲੀ ਚੁੱਕਦੇ ਨੇ ਅਸੀਂ ਕਚਰੇ ਥਾਂ ਮ ਕੰਚਨ ਦੀ ਗੱਲ ਤੇ ਬੜੀ ਸੁਣੀਦੀ ਹੈ ਪਰ ਪਰਾਲੀ ਦਾ ਨਿਬੇੜਾ ਕਰਿਆ ਪੈਸਾ ਤੇ ਪੁਨ ਕਮਾਣੇ ਦੀ ਇਹ ਇਣੋਕੀ ਮਿਸਾਲ ਹੈ ਮੇਰੀ ਨੌਜਵਾਨ ਨੇ ਖਾਸ ਕਰਕੇ ਰਾਈ ਬਾਈ ਦੀ ਪੜਾਈ ਕਰਾ ਕਰਦੇ ਲੱਖੇ ਵਿਦਿਆਰਥੀ ਦੀ ਗੁਜ਼ਾਰਿਸ਼ ਹੈ ਜੀ ਉਹ ਆਪਣੇ ਆਲੇ ਦੁਆਲੇ ਦੇ ਗ੍ਰਾਂਵ ਚ ਜਾਈ ਹੈ ਕਿਸਾਨਾਂ ਨੇ ਕੀ ਆਧੁਨਿਕ ਖੇਤੀ ਦੇ ਬਾਰੇ ਚ ਹਾਲ ਚ ਉਹ ਇਹਦੇ ਖੇਤੀ ਸੁਧਾਰਨ ਦੇ ਬਾਰੇ ਚ ਜਾਗਰੂਕ ਕਰਨ ਇਹਾਂ ਕਰਿਆ ਤੁਸ ਮੁਲਕ ਚ ਉਹ ਆਕਰ ਤੇ ਵੱਡੇ ਬਦਲਾਵ ਦੇ ਭਾਗੀਦਾਰ ਵੀ ਬਣ ਗਏ ਮੇਰੇ ਪਿਆਰੇ ਦੇਸ਼ਵਾਸੀਓ ਮਨ ਦੀ ਬਾਤ ਚ ਅਸ ਬਖ ਬਖੋ ਪਾਂਤ ਪਾਂਤ ਦੇ ਨੇਕਾ ਵਿਸ਼ੇ ਪਰ ਗੱਲ ਕਰਨਿਆ ਪਰ ਇੱਕ ਐਸੀ ਗੱਲ ਵੀ ਇੱਕ ਬਰਾ ਉਹ ਆਕਰਦਾ ਜਿਸ ਦੀ ਅਸ ਕਰੇ ਖੁਸ਼ੀ ਕਨੇ ਚੇਤਾ ਨਹੀਂ ਕਰਨਾ ਚਾਹਗੇ ਕਰੀਬ-ਕਰੀਬ ਇੱਕ ਬਰਾ ਉਹ ਆਕਰਦਾ ਜਿਸ ਲਿਆ ਦੁਨੀਆ ਕੀ ਕੋਰੋਨਾ ਦੇ ਪਹਿਲੇ ਮਾਮਲੇ ਦੇ ਬਾਰੇ ਚ ਪਤਾ ਲੱਗਾ ਹ ਤਦੋਂ ਥਾਂ ਲਈਏ 69 ਪੂਰੀ ਦੁਨੀਆ ਨੇ ਨੇਕਾ ਉਤਾਰ ਚੜਾਅ ਦੇਖੇਨ ਲਾਕਡਾਊਨ ਦੇ ਦੌਰ ਚ ਆ ਬਾਹਰ ਨਿਕਲੀ ਹੈ ਉਹ ਦਵਾਈ ਪਰ ਚਰਚਾਉਂ ਲਗੀ ਪਈ ਹੈ ਪਰ ਕਰੋਨਾ ਕੀ ਲਈਏ ਕੁਸੇ ਵੀ ਚਾਲੀ ਦੀ ਲਾਪਰਵਾਹੀ ਅਜੇ ਵੀ ਬੜੀ ਜਾਨ ਲੈਵਾ ਹੈ ਅਸੇ ਕਰੋਨਾ ਦੇ ਖਿਲਾਫ ਆਪਣੀ ਲੜਾਈ ਦੀ ਮਜ਼ਬੂਤੀ ਕਨ ਜਾਰੀ ਰੱਖਣਾ ਹੈ ਸਾਥੀਓ ਕਿਛ ਦਿਨੇ ਪ੍ਰੰਤਗਿਆ 6 ਦਸੰਬਰ ਦੀ ਬਾਬਾ ਸਾਹਿਬ ਅੰਬੇਡਕਰ ਹੁੰਦੀ ਪੁੰਨ ਦਿਤੀ ਵੀ ਹੈ ਇਹ ਦਿਹਾੜਾ ਬਾਬਾ ਸਾਹਿਬ ਉਹਨੇ ਕੀ ਸ਼ਰਧਾਂਜਲੀ ਦੇਣ ਦੇ ਕੰਨ ਗਿਆ ਹੈ ਮੁਲਕ ਦੇ ਪ੍ਰਤੀ ਆਪਣੇ ਸੰਕਲਪੇ ਸੰਵਿਧਾਨ ਨੇ ਇੱਕ ਬਸਨੀਕ ਦੇ ਤੌਰ ਪਰ ਆਪਣੀ ਜ਼ਿੰਮੇਵਾਰੀ ਨੂੰ ਨਿਭਾਣ ਦੀ ਜਿਹੜੀ ਸਿੱਖਿਆ ਸਿੰਘ ਦਿੱਤੀ ਹੈ ਉਸੇ ਦੁਹਰਾਣੇ ਦਾ ਹੈ ਮੁਲਕ ਦੇ ਵੱਡੇ ਹਿੱਸੇ 'ਚ ਸਿਆਲੇ ਦਾ ਮੌਸਮ ਵੀ ਜ਼ੋਰ ਫੜਕੜਾ ਕਰਦਾ ਹੈ ਨੇਕਾ ਥਾਰੇ ਪਰ ਬਰਪਾਰੀ ਹੋਆ ਕਰਦੀ ਹੈ ਇਸ ਮੌਸਮ 'ਚ ਅਸੇ ਪਰਿਵਾਰ ਦੇ ਬੱਚੇ ਤੇ ਬਜ਼ੁਰਗੀਆਂ ਦਾ ਬਿਮਾਰ ਲੋਕਾਂ ਦਾ ਖਾਸ ਧਿਆਨ ਰੱਖਣਾ ਹੈ ਆਪੋ ਵੀ ਸਾਵਧਾਨੀ ਵਰਤਣੀ ਹੈ मुशी होती है मैं ये देखना कि लोग अपने आले दुआलैं की भी चिंता करते हैं गर्म टले दे मदद करते हैं बेसहारा जानवरें लिए भी साल बड़ी मुश्किल आता है उन मदद भी बड़े लोग अगर आते हैं साड़ी युवा पीढ़ी इस चाली के कमे बड़ा बधी चढ़िए्रिय हूँ साथियों अगली बारी अस मन की बात च मिलगे तो दो हजार भी बरा खत्म होगा नमी मेंदें नमे विश्वास दे कने अस आगे बढ़ के उन जेड़े भी सुझाव सुजाऊण विचार होण उन, उनी की मेरे कने पक्क गे साजा करते रेवो तो से सबणे गी मतियां मतियां शुभकामना तो सबे सेहतमंद रहो मूलखास्ता सक्रिय रहो मता वता धन्यवाद